ਹਾਂਜੀ ਗਾਈ, ਸਾਰਿਆਂ ਦਾ ਸਵਾਗਤ ਹੈ ਅਤੇ ਨਵੇਂ ਵਲੋਗ 'ਚ। ਅਤੇ ਅੱਜ ਆਪਾਂ ਜਾ ਰਹੇ ਹਾਂ ਨਕੋਦਰ ਮੱਥਾ ਟੇਕਣ ਲਈ, ਅਤੇ ਮੈਂ ਅਤੇ ਮੰਮਾ ਜਾ ਰਹੇ ਹਾਂ ਅੱਜ। ਅਤੇ ਚਲੋ ਰੈਡੀ ਹੋਈਏ, ਨਹਾ ਧੋ ਕੇ ਅਤੇ ਫਿਰ ਮਿਲਣਾ। ਅਤੇ ਗਾਈ ਸਰ, ਚੈਨਲ 'ਤੇ 230 ਸਬਸਕ੍ਰਾਈਬਰ ਵੀ ਹੋ ਚੁੱਕੇ ਆ, ਉਹਦੇ ਲਈ ਥੈਂਕ ਯੂ। ਅਤੇ ਜਲਦੀ ਤੋਂ ਜਲਦੀ 300 ਸਬਸਕ੍ਰਾਈਬਰ ਵੀ ਕਰਾ ਦਿਉ, ਅਤੇ ਚਲੋ ਆਪਾਂ ਰੈਡੀ ਹੋ ਕੇ ਫਿਰ ਮਿਲ ਲਏ। ਹਾਂਜੀ ਗਾਈ ਸਰ, ਰੈਡੀ ਹੋ ਕੇ ਆ ਗਿਆ ਹੁਣ। ਅੱਜ ਦੀ ਲੁੱਕ ਤੁਸੀਂ ਚੈੱਕ ਕਰ ਹੀ ਸਕਦੇ ਹੋ, ਐਂ ਦੇਖੋ ਵਾਲ ਮਾੜੇ ਜਿਹੇ ਸੈੱਟ ਕਰ ਲੈਣਾ, ਅਤੇ ਬਾਕੀ ਤਾਂ ਰੈਡੀ ਹੋ ਹੀ ਗਏ ਹਾਂ। ਅਤੇ ਚਲੋ ਚੱਲਦੇ ਹਾਂ ਫਿਰ। ਹਾਂਜੀ ਗਾਈਸ, ਅਤੇ ਆਪਾਂ ਪੁੱਜ ਗਏ ਹਾਂ ਹੁਣ ਨਕੋਦਰ, ਅਤੇ ਚਲੋ ਤੁਹਾਨੂੰ ਦਿਖਾਉਂਦੇ ਹਾਂ। ਅਤੇ ਜਿਨ੍ਹਾਂ ਨੇ ਵੀ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ, ਸਬਸਕ੍ਰਾਈਬ ਕਰ ਦਿਓ ਅਤੇ ਵੀਡੀਓ ਨੂੰ ਲਾਈਕ ਕਰ ਦਿਓ। ਮੰਮਾ ਇੱਧਰ ਤਾਂ ਆਓ, ਮੇਰੇ ਨਾਲ ਤਾਂ ਆਓ, ਗਾਈਸ ਸਾਹਿਬ ਮਿਲੋ ਮੰਮੀ ਨੂੰ। ਹੈਲੋ, ਆਪਾਂ ਪਹੁੰਚ ਗਏ ਹਾਂ ਬਸ। ਮੰਮਾ ਅੱਗੇ ਦੇਖੋ ਕੌਣ ਆ ਗਿਆ। ਗਾਈਸ ਇਹ ਦੇਖੋ ਇੱਧਰ ਕੌਣ ਆ ਰਿਹਾ। ਮਾਂ ਖਰਾਬ ਹੋ ਜਾਏਗਾ, ਮੈਂ ਮਾਂ ਬੰਮਾ ਬਹਿਨ ਪੇ ਆ ਜਾਊਂਗਾ ਮੈਂ ਇਨਕੀ। ਹਾਂਜੀ ਗਾਈਸ, ਹੁਣ ਬੂਟ ਜਮਾ ਕਰਾ ਕੇ ਤੇ ਫਿਰ ਆਪਾਂ ਚੱਲ। ਭਾਈ ਯਹਾਂ ਪੇ ਕਿਆ ਹੋ ਰਹਾ ਹੈ, ਭਾਈ ਯਹਾਂ ਪੇ ਕਿਆ ਹੋ ਰਹਾ, ਭਾਈ ਮੇਰੀ ਵੀ ਪ੍ਰਸ਼ਾਦ ਲੈਣ ਗਏ ਸੋ, ਪ੍ਰਸ਼ਾਦ ਲੈਣੇ ਅਤੇ ਫਿਰ ਚੱਲਦੇ ਆਪਾਂ ਇੱਧਰੋਂ ਪ੍ਰਸ਼ਾਦ ਮਿਲਣਾ, ਅਤੇ ਇੱਥੋਂ ਪ੍ਰਸ਼ਾਦ ਲੈ ਕੇ ਫਿਰ ਚੱਲ। ਕਿੱਦਾਂ ਦਾ ਲੱਗ ਰਿਹਾ ਇੱਥੇ ਆ ਕੇ? ਅੱਛਾ, ਬਹੁਤ ਚੰਗਾ ਹੈ, ਬਹੁਤ ਚੰਗਾ ਲੱਗਦਾ, ਚੰਗਾ ਲੱਗਦਾ ਪ੍ਰਸ਼ਾਦ। ਗਾਈਸ ਪ੍ਰਸ਼ਾਦ ਲੈ ਲਿਆ, ਅਤੇ ਹੁਣ ਆਪਾਂ ਚੱਲਦੇ ਹਾਂ। ਹਾਂਜੀ ਗਾਈਸ, ਅਤੇ ਹੁਣ ਅੰਦਰ ਜਾ ਕੇ ਮੱਥਾ ਟੇਕ ਕੇ ਆਉਂਦੇ, ਅਤੇ ਫਿਰ ਮਿਲਦਾ ਮੈਂ। ਹਾਂਜੀ ਗਾਈਸ, ਅਤੇ ਲੰਗਰ ਖਾ ਕੇ ਹੁਣ ਆ ਗਏ ਹਾਂ ਬਾਹਰ, ਅਤੇ ਮੱਥਾ ਮੁੱਥਾ ਟੇਕ ਲਿਆ, ਅਤੇ ਹੁਣ ਮਾੜੀ ਜਿਹਾ ਫੋਟੋ ਕਲਿੱਕ ਕਰਕੇ ਅਤੇ ਫਿਰ ਮਿਲਦਾ। ਲੈ ਲੈਣਾ ਵਲੋਗ 'ਚ ਆਹ ਤਿੰਨ ਭਾਈ ਮਿਲੇ, ਅਤੇ ਇਹਨਾਂ ਨੇ ਚੈਨਲ ਸਬਸਕ੍ਰਾਈਬ ਕਰਤਾ। ਮਾਣੇ ਫੋਟੋ ਖਿੱਚਦੀਆਂ ਕਿੰਨੀਆਂ ਸਾਰੀਆਂ, ਮੈਂ ਮੰਮਾ ਦੀ ਫੋਟੋ ਖਿੱਚਦਾ ਮੈਂ, ਆਹ ਦੇਖ ਲਓ। ਚਲੋ ਗਾਈਸ ਚੱਲਦੇ ਹਾਂ, ਹੁਣ ਫੋਟੋ ਕਲਿੱਕ ਕਰ ਲਈ ਹੈ ਅਤੇ ਹੁਣ ਘਰ ਚੱਲਦੇ ਹਾਂ। ਕੀ ਲੈਣਾ ਇੱਥੋਂ? ਹਾਂਜੀ ਗਾਈਸ, ਤੇ ਕੱਲ ਆਪਾਂ ਆ ਗਏ ਸੀ ਘਰੇ, ਤੇ ਮੈਂ ਵਲੌਗ ਕੰਟੀਨਿਊ ਨਹੀਂ ਕਰ ਪਾਇਆ ਸੀ, ਥੱਕ ਗਏ ਸੀਗੇ।
ਅਤੇ ਆ ਕੇ ਮੈਂ ਸੋ ਗਿਆ ਸੀ ਅਤੇ ਅੱਜ ਵਲੋਗ ਐਂਡ ਕਰ ਰਿਹਾ ਵਾ। ਅਤੇ ਜਿਨ੍ਹਾਂ ਨੇ ਵੀ ਹਾਲੇ ਤੱਕ ਲਾਈਕ ਨਹੀਂ ਕੀਤਾ ਲਾਈਕ ਕਰ ਦਿਓ, ਅਤੇ ਜਿਹੜੇ ਚੈਨਲ 'ਤੇ ਨਵੇਂ ਆ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ। ਮਿਲਦੇ ਹਾਂ ਨੈਕਸਟ ਵਲੋਗ 'ਚ।